ਪਰਿਵਾਰ ਕੌਣ ਦੇ ਰਿਸ਼ਤੇ ਦੀ ਗੱਲ ਕਰਨ ਜਾ ਰਹੇ ਹਾਂ ਕਿਹੜੇ ਕਿਹੜੇ ਹੁੰਦੇ ਨੇ ਮਾਂ ਬਾਪ ਭੈਣ ਅਤੇ ਭਰਾ ਪੰਜਾਬੀ ਲੋਕ ਤੱਤ ਜਿਨ੍ਹਾਂ ਵਿੱਚ ਗੱਲ ਕੀਤੀ ਗਈ ਹੈ ਜਿਹੜੇ ਮਾਪੇ ਧੀਆਂ ਨੂੰ ਭੁੱਖ ਵਿੱਚ ਕਤਲ ਕਰਾਉਂਦੇ ਨੇ ਕੀ ਲਿਖਿਆ ਸੁਣ ਕੇ ਜ਼ਰਾ ਸੁਣਨ ਵਾਲੀਆਂ ਗੱਲਾਂ ਨੇ ਕਿਉਂਕਿ ਸਾਡੀ ਸਾਰੀ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਨੇ ਸਾਨੂੰ ਅਮਲ ਕਰਨਾ ਚਾਹੀਦਾ ਇਹਨਾਂ ਗੱਲਾਂ 'ਤੇ ਬੜਾ ਅੱਛਾ ਲਿਖਿਆ ਥਾਂ ਥਾਂ ਨੀ ਦਰਦ ਸੁਣਾਏ ਤੇ ਦੁੱਖ ਹੁੰਦੇ ਨੀ ਥਾਂ ਥਾਂ ਬੋਲ ਯਾਰੋ ਕਹਿੰਦੇ ਥਾਂ ਥਾਂ ਨਹੀਂ ਦਰਦ ਸੁਣਾਏ ਜਾਂਦੇ ਦੁੱਖ ਹੁੰਦੇ ਨਹੀਂ ਥਾਂ ਥਾਂ ਬੋਲ ਯਾਰੋ ਕਿਸੇ ਚੀਜ਼ ਦੀ ਕਦਰ ਉਦੋਂ ਪਤਾ ਲੱਗੇ ਜਦੋਂ ਰਹਿੰਦੀ ਨਹੀਂ ਸਾਡੇ ਕੋਲ ਹੁਣ ਫੋਰ ਐਗਜ਼ਾਮਪਲ ਸਾਡੇ ਮਾਂ ਬਾਪ ਜਦੋਂ ਬੁੱਢੇ ਹੋ ਜਾਂਦੇ ਨੇ ਅਸੀਂ ਉਹਨਾਂ ਦੀ ਕੇਅਰ ਨਹੀਂ ਕਰਦੇ ਬਹੁਤ ਦੁਨੀਆ ਇੱਦਾਂ ਦੀ ਹੈ ਜੀ ਬੁੱਢੇ ਮਾਂ ਬਾਪ ਨੂੰ ਕੋਈ ਪੁੱਛਦਾ ਨਹੀਂ ਹੈ ਉਹ ਮਾਂ ਬਾਪ ਬੁੱਢੇ ਹੋ ਜਾਂਦੇ ਨੇ ਪਰ ਜਦੋਂ ਦੁਨੀਆ ਤੋਂ ਚਲੇ ਜਾਂਦੇ ਨੇ ਫਿਰ ਸਾਨੂੰ ਉਹਨਾਂ ਦੀਆਂ ਗੱਲਾਂ ਯਾਦ ਆਉਂਦੀਆਂ ਨੇ ਫਿਰ ਉਹ ਯਾਦ ਆਉਂਦੇ ਨੇ ਕਿ ਸਾਨੂੰ ਸਾਡੇ ਸਿਆਣੇ ਕਿੱਦਾਂ ਕੀ ਸਾਨੂੰ ਸਿੱਖਿਆ ਦਿੰਦੇ ਸੀ ਇਸ ਲਈ ਲਿਖਿਆ ਹੈ ਕਿ ਕਿਸੇ ਚੀਜ਼ ਦੀ ਕਦਰ ਉਦੋਂ ਪਤਾ ਲੱਗੇ ਜਦੋਂ ਰਹਿੰਦੀ ਨਹੀਂ ਸਾਡੇ ਕੋਲ ਯਾਰੋ ਥਾਂ ਥਾਂ ਨਹੀਂ ਦਰਦ ਸੁਣਾਏ ਜਾਂਦੇ ਕਿਸੇ ਚੀਜ਼ ਦੀ ਕਦਰ ਉਦੋਂ ਪਤਾ ਲੱਗੇ ਜਦੋਂ ਰਹਿੰਦੀ ਨੀ ਸਾਡੇ ਕੋਲ ਯਾਰੋ ਵਾਹ ਜੀ ਵਾਹ ਜਿਹਨਾਂ ਨੂੰ ਸਮਝ ਲੱਗੇ ਤਾੜੀ ਜ਼ਰੂਰ ਲਗਾਉਣੀ ਹੈ ਬੜੀ ਅੱਛੀ ਗੱਲ ਲੱਖ ਪਿਆਰ ਮੁਹੱਬਤਾਂ ਮੋੜ ਪਵੇ ਤੇ ਰੰਗ ਖੂਨ ਦਾ ਫਿੱਕਾ ਨਹੀਂ ਪੈ ਕਹਿੰਦੇ ਲੱਖ ਪਿਆਰ ਮੁਹੱਬਤਾਂ ਹੋਣ ਭਾਵੇਂ ਰੰਗ ਖੂਨ ਦਾ ਫਿੱਕਾ ਨਹੀਂ ਪੈ ਸਕਦਾ ਲੱਖ ਬੇਗਾਨੇ ਹੋਣ ਭਾਵੇਂ ਜਗ੍ਹਾ ਆਪਣਿਆਂ ਦੀ ਕੋਈ ਨਹੀਂ ਲੈ ਸਕਦਾ ਕਿਉਂਕਿ ਆਪਣੇ ਆਪਣੇ ਹੁੰਦੇ ਨੇ ਉਹਨਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਇੱਕ ਵਾਰੀ ਤਾੜੀ ਲਗਾਓ ਇਹਨਾਂ ਲਾਈਨਾਂ 'ਤੇ ਕਿਉਂਕਿ ਸਾਡੇ ਸਾਰਿਆਂ 'ਤੇ ਢੁੱਕਦੀਆਂ ਨੇ ਬੜੀ ਹੈ ਜੀ ਦੁਨੀਆ 'ਤੇ ਫਰੈਂਡਸ਼ਿਪ ਜਿਹਨੂੰ ਕਹਿੰਦੇ ਨੇ ਜਿਗਰੀ ਯਾਰ ਪਰ ਅਸਲੀ ਯਾਰ ਉਹੀ ਹੁੰਦਾ ਹੈ ਜਿਹੜਾ ਮੁਸੀਬਤ ਵੇਲੇ ਕੰਮ ਆ ਜਾਵੇ ਜਿਹੜਾ ਮੁਸੀਬਤ ਵੇਲੇ ਪਿੱਠ ਦਿਖਾ ਜਾਂਦਾ ਹੈ ਉਹ ਯਾਰ ਨਹੀਂ ਹੁੰਦਾ ਜੀ ਇਸ ਲਈ ਬੜਾ ਅੱਛਾ ਲਿਖਿਆ ਕਹਿੰਦੇ ਜੋ ਪਿੱਠ ਦਿਖਾਉਂਦਾ ਯਾਰਾਂ ਨੂੰ ਯਾਰਾਂ ਨੂੰ ਜੋ ਪਿੱਠ ਦਿਖਾਉਂਦਾ ਜੋ ਸ਼ੱਕ ਦੀ ਬੇੜੀ ਚੜ ਜਾਵੇ ਉਹ ਪਿਆਰ ਨਹੀਂ ਹੁੰਦਾ ਲੋਕਾਂ ਪਿਆਰ ਨਹੀਂ ਹੁੰਦਾ ਲੋਕਾਂ ਪਿਆਰ ਪੁੱਤਰ ਕਿੱਦਾਂ ਦੇ ਹੋਣੇ ਚਾਹੀਦੇ ਨੇ ਸਰਵਣ ਪੁੱਤ ਹੋਇਆ ਅਸੀਂ ਸੁਣਿਆ ਇਹ ਨਾਮ ਪਰ ਅੱਜ ਕੱਲ੍ਹ ਸਰਵਣ ਦੂਰ ਦੂਰ ਤੱਕ ਨਹੀਂ ਲੱਭਦਾ ਕੋਈ ਜਿਹਨੇ ਆਪਣੇ ਕੋੜੀ ਉਹਨੇ ਮਾਂ ਬਾਪ ਨੂੰ ਪੂਰੀ ਜੰਨਤ ਕਮਾਈ ਸੀ ਪਰ ਅੱਜ ਕੱਲ੍ਹ ਇੱਦਾਂ ਦੇ ਪੁੱਤਰ ਨਹੀਂ ਲੱਭਦੇ ਦੁਆ ਕਰਦੇ ਹਾਂ ਕਿ ਥੋੜ੍ਹੀ ਜਿਹੀ ਇੱਥੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਔਰ ਦੁਨੀਆ 'ਤੇ ਜੀ ਅਸੀਂ ਇੱਕ ਵਰਡ ਬੋਲਦੇ ਹਾਂ ਸੋਰੀ ਮੈਂ ਕਹਿਣਾ ਨਹੀਂ ਚਾਹੁੰਦੀ ਪਰ
कहना जरूरी भी समझती हाँ क्योंकि होंदा इदा फुकरे इंसान सुने जड़े फुकरियां मारते हैं अपने आप को उच्चा दिखाते हैं अगले को हमेशा नीचा दिखाने की कोशिश करते हैं इदा के इंसान जड़े अगले को डोमीनेट करते हैं बहुत ने दुनिया से आम ही देखने को मिले उन्होंने बारे गल की है जी कहते जो नीवा कहते होर जो दिल दिखाउंदे मापिया दा वो पुत्र नहीं होंदे लो पुत्र नहीं होंदे सियाने ने की कहा जी कहण सियाने झूठ दिया कहण सियाने झूठ दिया वी नीहां नहीं होंदी कहण सियाने झूठ दियां भी नीहां नहीं हुंदियां जो मापियां दी पग रोल दियां ओ तियां नहीं हुंदियां तियां नहीं हुंदियां और इहदे विच चार खून दे रिश्ते आउंदे ने रब ना करे इदा दे लोग भी इत्थे बैठे ने जिन्हां दे सिर ते माँ बाप का साया नहीं हुंदा जां माँ जिन्हां दे सिर तो उठ जाती है उन्हां बच्चों का छोटे बच्चों का बचपन में की हश्र हुंदा है बड़े अच्छे तरीके ना मैं दर्शाया इस सौंग दे विच जरा सुन के जद बच्चों दे हत्थां चो रोटी ममता वाले बूहे मासियां चाचियां जद टोवन क्योंकि लख होवन चाचियां ताईयां मावा मावा हुंदियां मां दी जगह नहीं कोई ले सकता जेड़े जेड़े अपने मां नूं प्यार करते ने जोरदार ताड़ियां करो क्या बात है जद बच्चे आंदे हत्थां च रोटी कां खोवण
ਜਦੋਂ ਕੋਈ ਪੁੱਤਰ ਪ੍ਰਦੇਸ਼ ਜਾਂਦਾ ਉੱਥੇ ਉਹਨੂੰ ਕੋਈ ਆਪਣੇ ਬਾਪੂ ਦੀ ਉਮਰ ਦਾ ਕੋਈ ਬਜ਼ੁਰਗ ਮਿਲ ਜਾਂਦਾ ਹੈਗਾ। ਘਰ ਦੀ ਯਾਦ ਤਾਂ ਸਾਰਿਆਂ ਨੂੰ ਆਉਂਦੀ ਹੈ ਉੱਧਰ ਜਾ ਕੇ, ਸਪੈਸ਼ਲੀ ਆਪਣੇ ਮਾਂ ਬਾਪ, ਆਪਣੀਆਂ ਭੈਣਾਂ ਦੀ, ਯਾਰਾਂ ਦੋਸਤਾਂ ਦੀ। ਅਤੇ ਜਦੋਂ ਕੋਈ ਬਜ਼ੁਰਗ ਕਿਸੇ ਦਿਨ ਤਿਉਹਾਰ 'ਤੇ ਮਿਲ ਜਾਂਦਾ ਹੈ, ਉਹਨੂੰ ਸ਼ਾਬਾਸ਼ੀ ਦਿੰਦਾ ਹੈ ਕੰਮ ਲਈ, ਅਤੇ ਉਸ ਟਾਈਮ ਉਹਨੂੰ ਆਪਣਾ ਬਾਪੂ ਯਾਦ ਆਉਂਦਾ ਹੈ। ਬੜਾ ਅੱਛਾ ਲਿਖਿਆ ਜੀ ਬਾਪੂ ਦੇ ਬਾਰੇ। ਜਦ ਕੋਈ ਵਿੱਚ ਪਰਦੇਸਾਂ ਮੋਟਾ ਥੱਪ ਥੱਪਾ ਦੇਵੇ, ਸ਼ੁਕਰੀਆ ਜੀ ਸਾਡੇ MC ਗੁਰਦੀਪ ਸਿੰਘ ਜੀ।